ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਟਰੈਕਟਰ ਜ਼ਾਰ ਦੇ ਵਿੱਚ ਮਾਗਰਲੇ ਦਿਨੀ 24 25 ਤਰੀਕ ਨੂੰ ਬਹੁਤ ਸਾਰੀ ਬਾਰਿਸ਼ ਹੋਈ ਆ ਆਪਾਂ ਅੱਜ ਉਹ ਮੁੱਦੇ ਤੇ ਗੱਲ ਕਰਨ ਜਾ ਰਹੇ ਆ ਆਪਾਂ ਸਿਰਫ ਇੱਕ ਇਹ ਵੀਡੀਓ ਨਾਰਮਲ ਹੀ ਬਣਾਈ ਹੈ ਸਾਡੇ ਏਰੀਏ ਦਾ ਜੋ ਤੁਹਾਨੂੰ ਹਾਲ ਹੈ ਵਗੈਰਾ ਦੱਸ ਸਕੀਏ ਵੀ ਮੰਨ ਲਓ ਕੀ ਮਾਹੌਲ ਹੈ ਸਾਡੇ ਏਰੀਏ ਦੇ ਵਿੱਚ ਆਪਾਂ ਸਰਦੂਲਗੜ੍ਹ ਦੇ ਬਿਲੋਂਗ ਕਰਦੇ ਆ ਨੇੜੇ ਸਰਦੂਲਗੜ੍ਹ ਤੋਂ ਹਰਿਆਣੇ ਚ ਪਿੰਡ ਆਪਣਾ ਆਪਣੇ ਏਰੀਆ ਦੇ ਵਿੱਚ ਹਰਿਆਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਮੀਂਹ ਸੀਗਾ ਬਹੁਤਿਆਦੇ ਮੀਂਹ ਸੀਗਾ ਬਹੁਤ ਜ਼ਿਆਦੇ ਗੜੇ ਸੀਗੇ ਜਿਦੇ ਵਿੱਚੋਂ ਕਣਕਾਂ ਦਾ ਬਹੁਤ ਨੁਕਸਾਨ ਹੋਇਆ ਕੁਝ ਪਿੰਡਾਂ ਦੇ ਵਿੱਚ ਕਣਕਾਂ ਦਾ ਨੁਕਸਾਨ 70-80% ਹੈ ਕੁਝ ਪਿੰਡਾਂ ਦੇ ਵਿੱਚ ਕਣਕ ਦਾ ਨੁਕਸਾਨ ਪਈਆ% ਹੈ ਸਰੋਂ ਦਾ ਲਗਭਗ ਜਿਹੜਾ ਨੁਕਸਾਨ ਹੈ ਉਹ ਲਗਭਗ 70-80% ਹੀ ਹੈ ਸਰੋਂ ਕਿਉਂਕਿ ਕੁਝ ਮੰਡਲੀਆਂ ਲਾਈਆਂ ਪਈਆਂ ਸੀ ਕੁਝ ਕਟਾਈ ਕਰਕੇ ਰੱਖੀ ਪਈ ਸੀ ਸਾਰੀ ਝਾੜਤੀ ਸਰੋਂ ਉਹ ਬਾਕੀ ਕਣਕਾਂ ਦੇ ਵਿੱਚ ਜੋ ਕਣਕਾਂ ਜ਼ਿਆਦਾ ਪਕਾਤੀ ਸੀਗੀਆਂ ਉਹਨਾਂ ਦੀਆਂ ਬੱਲੀਆਂ ਦਾ ਨੁਕਸਾਨ ਹੈਗਾ ਜੋ ਕਣਕਾਂ ਥੋੜੀਆਂ ਜਿਹੀਆਂ ਕੱਚੀਆਂ ਸੀ ਹਲੇ ਉਹਨਾਂ ਦਾ ਬੱਲੀਆਂ ਦਾ ਨੁਕਸਾਨ ਨਹੀਂ ਹੈਗਾ ਬਾਕੀ ਕੁਝ ਪਿੰਡਾਂ ਦੇ ਵਿੱਚ ਕਣਕ ਬਿਲਕੁਲ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਜੋ ਗਲਨ ਦੀ ਸੰਭਾਵਨਾ ਹੈਗੀ ਆ ਬਾਕੀ ਕੁਝ ਪਿੰਡਾਂ ਦੇ ਵਿੱਚ ਪਾਣੀ ਤੋਂ ਬਾਹਰ ਜੋ ਲਗਭਗ ਕਣਕ ਬਚ ਸਕਦੀ ਆ ਉਹਦੇ ਵਿੱਚ ਉਹ ਕੁਝ ਨਾ ਕੁਝ ਕਿਸਾਨ ਦੇ ਖੇਚਲਾ ਪੱਲੇ ਪੈ ਸਕਦੀ ਹੈ ਬਾਕੀ ਸੁੱਡਾ ਜੋ ਸਾਰੇ ਸਟੇਟਾਂ ਦੇ ਵੀਰ ਜੁੜੇ ਹੋਏ ਨੇ ਆਪਣੇ ਨਾਲ ਤੁਹਾਡੇ ਏਰੀਏ ਦੇ ਵਿੱਚ ਕੀ ਮਾਹੌਲ ਆ ਮੰਨ ਲਓ ਮੌਸਮ ਦਾ ਕਿੰਨਾ ਕੁ ਕਹਿਰ ਹੋਇਆ ਕਿੰਨਾ ਕੁ ਨਹੀਂ ਹੋਇਆ ਤੁਸੀਂ ਆਪਣਾ ਸਾਰਾ ਬਿਆਨ ਹੈ ਜੋ ਕਮੈਂਟਾਂ ਦੇ ਵਿੱਚ ਕਰ ਸਕਦੇ ਹੋ ਤਾਂ ਕਿ ਆਪਾਂ ਸਾਰੇ ਏਰੀਏ ਦਾ ਸਰਵੇ ਵਗੈਰਾ ਕਰ ਸਕੀਏ ਇੱਕ ਨਾਰਮਲ ਵੀਡੀਓ ਬਣਾਈ ਗਈ ਹੈ ਇਹ ਜਿਦੇ ਵਿੱਚ ਸਾਰੇ ਏਰੀਆ ਦਾ ਸਰਵੇ ਦਾ ਪਤਾ ਲੱਗ ਸਕੇ ਆਪਣੇ ਏਰੀਏ ਦੇ ਵਿੱਚ ਰੋੜੀ ਏਰੀਆ ਹੋਇਆ ਸਰਦੂਲਗੜ ਲਗਭਗ ਕਾਫੀ ਨੁਕਸਾਨ ਹੈਗਾ ਕਣਕਾ ਲਗਭਗ ਕਾਫੀ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਬਹੁਤ ਸਾਰਾ ਨੁਕਸਾਨ ਹੈ ਆਪਣੇ ਜਾਂਦੇ ਨਾਲ ਜੁੜੇ ਵੀਰ ਹਰ ਸਟੇਟ ਦੇ ਆਪਣੇ ਏਰੀਏ ਦਾ ਹਾਲ ਵਗੈਰਾ ਜਰੂਰ ਦੱਸਣਾ ਕਮੈਂਟਾਂ ਦੇ ਵਿੱਚ ਮਾਲੂ ਕਿੰਨਾ ਕੁ ਨੁਕਸਾਨ ਹੈਗਾ ਕਿੰਨਾ ਕੁ ਨਹੀਂ ਕਿਹੜੀਆਂ-ਕਿਹੜੀਆਂ ਫਸਲਾਂ ਦਾ ਜਾਂ ਸਬਜ਼ੀਆਂ ਵਰਗਾ ਦਾ ਨੁਕਸਾਨ ਹੈ ਅੱਜ ਦੀ ਵੀਡੀਓ ਆਪਣੀ ਇਸੇ ਵਿਸ਼ੇ ਦੇ ਉੱਪਰ ਸੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ